यार शायद सुनन च थोड़ा अजीब लग रहा होवे पर ये दो अक्षर जो ने ना ये साडे सारियां दी जिंदगी च बहुत मायने रखदे ने। खुशी च ओ यार आज दा दिन बहुत वधिया सी, गम च यार आज ना पेपर नहीं वधिया होया। जदों बंदा एक्साइटेड होवे या कोई पसंद आ जावे यार तेरे यार नु ना पसंद आ गया। सो आओ आज सेलिब्रेट करदे आ फ्रेंडशिप डे थ्रू स्टेज परफॉर्मेंसेस साडे शो ओ यार दे नाल। ते सब तो पहला तुहाडे पेश है खिदमत स्कूल वाली यारी। वाली ओए ओए वाली वाली ओए नवी हां ओए टूटने ना ओए ओ डैडी ने देता 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 ओए ओ रोक ता ना चक्कर को कड़ी ना ओए जे रोक ले रुक जूगा तू चल दे बैठा जा जा अच्छा अच्छा ठीक है बैठा 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 ओ अंत करा दे ना रुड़ किक मार मैं स्कूटर की दे मैं किक मार दा चल जोर दी और जोर दी फिर नहीं स्टार्ट होता पीपा यार वाली ओए ओ सॉरी यार चाबी लेने भूल गया पूरे कुत्ते की पूछ बार बार मैं हूं एको गक मारनी बस अद्धी मार चाहे अद्धी मारू हूं मैं ओए स्टार्ट हो गया बैठ जा यार नवी हां अपा यार प्लस टू च पास क्यों नहीं होंगे जिम्मेवारी बाली जिम्मेवारी कादी जिम्मेवारी ओ पंजाब दी जिम्मेवारी अपने मोढ़ियां ते हैं और सच्ची ओए जे आपा प्लस टू पास करके ता घर दे ने जेड़ी प्रथा चलदी है पंजाब दी ऐस करा के अपन बाहर भेज देना आपा पंजाब नहीं छड़ना बाली हां देखो सही है ओ नवी आपा पंजाबी फिल्म इंडस्ट्री दे ना एक्टर बनानी ओए ठीक है आहो चाहे भूखे मर जाइए पंजाब नहीं छड़दे हां ठीक है हां सही है ਹਾਲੀ ਓਏ ਨਾਲੇ ਪੰਜਾਬ ਦੀ ਹਵਾ ਹੀ ਵੱਖਰੀ ਆ ਓਏ ਉਹ ਬਲੀ ਆ ਠੰਡੀ ਠੰਡੀ ਹਵਾ ਖਾਣ ਕੱਲ ਮੈਂ ਸਕੂਟਰ ਤੇ ਨਾ ਪਿੰਡੋਂ ਬਾਹਰ ਨਿਕਲ ਕੇ ਤੇ ਸਕੂਟਰ ਲਾਤਾ ਫੁੱਲ ਸਪੀਡ ਤੇ ਹੱਸੀ ਤੇ ਕੰਬਣ ਲੱਗਿਆ ਲੱਗਿਆ ਪ੍ਰੇਡ ਤੇ ਪ੍ਰੇਡ ਤੇ ਹਾਂ ਸਕੂਟਰ ਹੈ ਨਾ ਇਹ ਪ੍ਰੇਡ ਤੇ ਜਾਂਦੇ ਆ ਤਾਂ ਹਾਂ ਸਹੀ ਆ ਹਾਲੀ ਹਾਂ ਸਕੂਟਰ ਸਕੂਟਰ ਹੀ ਹੁੰਦਾ ਓਏ ਇਹ ਤਾਂ ਹੈ ਨਾ ਹਾਂ ਬੁਲਟ ਬੁਲਟ ਹੀ ਹੁੰਦਾ ਨਵੀ हाँ? तू स्कूटर किन्ने लाया सी ट्रेड ते ट्रेड ते मेरे 150 120 हां इन्ने के तो जांदे ही आ हां हां इन्ने जांदे नाले मेरे पूरा भी वाइब्रेट नहीं करता बैलेंस ही बहुत आ ए भी ठीक है स्कूटर ओ गल सुनो मेरी हां मेरा दादा कहना हुंदा है जो थोड़े कोल है ओदे च खुश रहो यार तेरा दादा तो ये भी कहंदा भी हमेशा आगे दी सोचो किवें किवें की सोच ना जस्ट थिंक तेरे डैडी ने तेनू बुलट लेता वो भी नवा ठीक है हुण तू बुलट ते जा रहा है ठंडिया ठंडिया पंजाब दी हवावां आय आय तू दोती फुल स्पीड हैं हां हुण दस की लग रहा है एक्सीडेंट पाली होए त्रिला टूट गई यार इतना आगे नहीं सोचीदा हुंदा नाले स्पीड घटा थोड़ा पीछे लेके आ दोबारा सोच हां थिंक आपा दोने जा रहे हैं बुलट पे ठीक है ਉਹ ਜਾ ਰਹੀ ਹੈ ਸਾਹਮਣੇ ਪ੍ਰਿਆ ਸਕੂਟਰੀ ਤੇ ਹੈ ਓਏ ਹਾਂ ਬਰਾਬਰ ਕਰ ਬਰਾਬਰ ਬਰਾਬਰ ਨਾ 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 ਹਾਂ ਆਪਾਂ ਨਹੀਂ ਵੇਖਣਾ ਕਿਉਂ ਬੁਲਟ ਕਿਹਦੇ ਕੋਲ ਹੈ ਆਪਣੇ ਕੋਲ ਦੇਖੂ ਕੌਣ ਆਪਾਂ ਅਸੀਂ ਯਾਰ ਹਾਂ ਬੁਲਟ ਵਾਲੇ ਮੁੰਡੇ ਨੂੰ ਕੁੜੀ ਦੇਖਦੀ ਹੁੰਦੀ ਆ ਪ੍ਰਿਆ ਤੈਨੂੰ ਦੇਖੂਗੀ ਹਾਂ ਆਪਾਂ ਨਹੀਂ ਦੇਖਣਾ ਹਾਂ ਨਾ ਤਾਡੀ ਆਪਾਂ ਨਹੀਂ ਦੇਖਣਾ ਹਾਂ ਆਪਾਂ ਨਹੀਂ ਦੇਖਣਾ ਹਾਂ ਸਾਹਮਣੇ ਪਜਾ ਤੂੰ ਇੰਨਾ ਕੁ ਭਜਾਈ ਜਾਂਦਾ ਲੈ ਸਕੂਲ ਆ ਗਿਆ ਇੰਨੀ ਛੇਤੀ ਬੁਲਟ ਤੇ ਆਇਆ ਨਾ ਓਏ ਹਾਂ ਦੱਸ ਨਾ ਸਟੈਂਡ ਤੇ ਲਵਾ ਅੱਛਾ ਹਾਂ ਆ ਹੁਣ ਦੱਸ ਯਾਰਾ ਕਿਵੇਂ ਲੱਗ ਰਿਹਾ ਹਾਲੀ ਨਿਆਰਾ ਆ ਰਿਹਾ ਹੈ ਨਾ ਤੂੰ ਇਦਾਂ ਕਰ ਡੈਡੀ ਨਾਲ ਗੱਲ ਕਰ ਫਿਰ ਹੁਣ ਨਵਾਂ ਬੁਲਟ ਲਈਏ ਆਪਾਂ ਹਾਂ ਮੈਂ ਅੱਜ ਹੀ ਗੱਲ ਕਰਦਾ ਡੈਡੀ ਨਾਲ ਠੀਕ ਹੈ ਪਰ ਉਹਨੇ ਮੰਨਣਾ ਨਹੀਂ ਥੋੜੀ ਯਾਰ ਤੇਰਾ ਡੈਡੀ ਮੇਰੇ ਡੈਡੀ ਵਰਗਾ ਥੋੜੀ ਆ ਚੁੱਡੂ ਚੁੱਡੂ ਯਾਰ ਤਾਂ ਕਿੰਨਾ ਬੰਦਾ ਹੈ ਨਾਲੇ ਇੰਨਾ ਤਾਂ ਪਿਆਰ ਕਰਦਾ ਤੈਨੂੰ ਉਹ ਕਰਦਾ ਨਾ ਮੈਨੂੰ ਪਿਆਰ ਕਰਦਾ ਯਾਰ ਮੈਨੂੰ ਪਤਾ ਤੈਨੂੰ ਬਹੁਤ ਪਿਆਰ ਕਰਦਾ ਉਹ ਹਾਂ ਕਰਦਾ ਤਾਂ ਹੀ ਤਾਂ ਮੈਨੂੰ ਸਕੂਟਰ ਦਿੱਤਾ ਯੈਸ ਤੂੰ ਗੱਲ ਤੋਰ ਤੂੰ ਸੋਚ ਯਾਰ ਆਪਾਂ ਕਿੰਨੇ ਸੋਹਣੇ ਲੱਗਾਂਗੇ ਬੁਲਟ ਤੇ ਸਾਰੀਆਂ ਐਨਕਾਂ ਲਾਣੀਆਂ ਆਏ ਹਾਏ 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 ਚੁੱਪ ਹੀ ਫਿਲਮੀ ਹੀਰੋ ਹੋਏ ਕਦੇ ਕਦੇ ਡੈਡੀ ਦਾ ਬੇੜਾ ਵੀ ਲਵਾਦਿਆ ਕਰਾਂਗੇ ਨਵੀ ਤੈਨੂੰ ਪਤਾ ਪ੍ਰਿਆ ਨੇ ਤੇਰੇ ਵੱਲ ਦੇਖਿਆ ਕਿਉਂ ਨਹੀਂ ਹਾਂ ਬੁਲਟ ਹੈ ਨਹੀਂ ਤੇਰੇ ਕੋਲੇ ਹਾਂ ਦੇ ਯਾਰ ਇਹ ਤਾਂ ਸਕੂਟਰ ਹੈ ਬੁਲਟ ਤਾਂ ਆਪਾਂ ਮੈਸ਼ਨ ਕੀਤਾ ਸੀ ਆਪਾਂ ਸੱਚੀ ਮੁੱਚੀ ਦਾ ਬੁਲਟ ਲੈਣਾ ਹੈ ਜੇ ਬੁਲਟ ਆ ਗਿਆ ਫਿਰ ਉਹ ਦੇਖੂਗੀ ਦੇਖੋ ਉਹ ਵੀਰੇ ਉਹ ਤਾਂ ਕਹੂਗੀ ਮੈਨੂੰ ਸਿਨੇਮੇ ਲੈ ਕੇ ਜਾ ਮੈਨੂੰ ਮਿਲਕਦਾ ਪਿਆ ਕੇ ਲਿਆ ਮੇਰੀਆਂ ਗੀੜੀਆਂ ਲਵਾ ਇਹ ਤਾਂ ਹੁਣ ਤੂੰ ਦੇਖਣਾ ਨਾ ਯਾਰਾ ਕਿ ਤੇਰਾ ਦਿਲ ਕੀ ਕਹਿੰਦਾ
ਪਾਲੀ ਮੇਰਾ ਦਿਲ ਤਾਂ ਕਰਦਾ ਯਾਰ ਮੈਂ ਸੋਹਣਾ ਲੁੱਚਿਆ ਇਹ ਨਹੀਂ ਕਿਹਾ ਮੈਂ ਬੁਲਟ ਲੈਣ ਨੂੰ ਕਹਿ ਰਿਹਾ ਤੂੰ ਡੈਡੀ ਨਾਲ ਘਰੇ ਗੱਲ ਕਰ ਲੈ ਦੇਣਾ ਉਹਨੇ ਤੈਨੂੰ ਮੈਂ ਅੱਜ ਹੀ ਗੱਲ ਕਰਦਾ ਹਾਂ ਜਾ ਕੇ ਅੱਜ ਹੀ ਗੱਲ ਕਰੂੰ ਮੈਨੂੰ ਬੁਲਟ ਚਾਹੀਦਾ ਯੈਸ ਠੀਕ ਹੈ ਹਾਂ ਠੀਕ ਹੈ ਯਾਰਾ ਹੁਣ ਬੁਲਟ ਲੈ ਕੇ ਮੁੜੀ ਠੀਕ ਹੈ ਚੰਗਾ ਮੇਰੀ ਗੱਲ ਸੁਣ ਹਾਂ ਦੇਖ ਬੁਲਟ ਤਾਂ ਆਪਾਂ ਲੈ ਲੈਣਾ ਪਰ ਆਪਾਂ ਨੂੰ ਵੰਗਾਰਾਂ ਬਹੁਤ ਪੈਣਗੀਆਂ ਆਪਾਂ ਨਹੀਂ ਕਿਸੇ ਨੂੰ ਬੁਲਟ ਦੇਣਾ ਲੈ ਮਤਲਬ ਹੀ ਨਹੀਂ ਕਿਸੇ ਨੂੰ ਬੁਲਟ ਦੇਣਾ ਆਪਾਂ ਹਾਂ ਨਾਲੇ ਦੂਜੀ ਗੱਲ ਯਾਰੀ ਨਹੀਂ ਭੁੱਲਣੀ ਕਿਹੜੀ ਯਾਰੀ ਹੈ ਸਾਲਾ ਹੁਣ ਹੀ ਭੁੱਲ ਗਿਆ ਹਜੇ ਤਾਂ ਲਿਆ ਵੀ ਨਹੀਂ ਮੇਰੀ ਯਾਰੀ ਆਪਣੀ ਮੇਰੇ ਯਾਰ ਨੂੰ ਕਿਵੇਂ ਭੁੱਲ ਸਕਦਾ ਜਿਹਨੇ ਮੈਨੂੰ ਬੁਲਟ ਦਾ ਆਈਡੀਆ ਦਿੱਤਾ ਹੋਵੇ ਪੱਕੀ ਯਾਰੀ ਹੈ ਮੈਂ ਨਹੀਂ ਮੰਨਦਾ ਹਾਂ ਸੌਂਖ ਆ ਤੇਰੀ ਸੌਂਖ ਯਾਰ ਆ ਕੁੜੀਆਂ ਵਾਲੀ ਝੂਠੀ ਸੌਂਹ ਨਹੀਂ ਕਿਹਾ ਤੈਨੂੰ ਮੈਂ ਹਾਂ ਯਾਰੀ ਯਾਰੀ ਪੱਕੀ ਸੌਂਖ ਆ ਹਾਂ ਠੀਕ ਹੈ ਹੁਣ ਹਰ ਚੀਜ਼ ਦੇ ਵਿੱਚ ਆਪਣਾ 50-50% ਦਾ ਹਿੱਸਾ ਭਰਜਾਈ ਨੂੰ ਛੱਡ ਕੇ ਹਾਂ ਠੀਕ ਹੈ ਹਾਂ ਨਾਲੇ ਦੋ ਕਿਲੇ ਤੂੰ ਲਾਇਆ ਕਰੀ ਡੇਲੀ ਦੇ ਦੋ ਮੈਂ ਲਾਇਆ ਕਰੂੰ ਠੀਕ ਹੈ ਠੀਕ ਆ ਇਹ ਇਹ ਗੱਲ ਵੀ ਸੌਂਹ ਦੇ ਵਿੱਚ ਹੀ ਆ ਠੀਕ ਆ ਹਾਂ ਮਿਲਦੇ ਹਾਂ ਬੋਲ ਯੈਸ ਓਨ ਕਰ ਲੱਤ ਘੁਮਾ ਇਹ ਆ ਮਾਰ ਕੇ ਇੱਕ ਇਹ ਓਏ ਓਏ ਇਹ ਤਾਂ ਪਹਿਲਾਂ ਯਾਰ ਪਹਿਲਾਂ ਗੇਰ ਹਾਂ ਮੈਨੂੰ ਯਾਦ ਆ ਗਿਆ ਇਹਦਾ ਪਹਿਲਾ ਗੇਅਰ ਪੈਂਦਾ ਇਹ ਇਦਾਂ ਕਰਕੇ ਥੱਲੇ ਨੂੰ ਬਾਕੀ ਸਾਰੇ ਐਂ ਯੈਸ ਸੱਚ ਉਹਦੇ ਇੱਕ ਟੂ ਵੀ ਹੁੰਦੀ ਹੈ ਟੂਟੀ ਵੀ ਲੱਗੀ ਹੁੰਦੀ ਹੈ ਅੱਡੀ ਮਾਰ ਕੇ ਸਾਰੇ ਗੇਅਰ ਨਿਕਲ ਜਾਂਦੇ ਨੇ ਆਪਣਾ ਆ ਗਿਆ ਚੱਲ ਫਿਰ ਇਹ ਲਾ ਰਹੀ ਹਾਂ ਉਹ ਯਾਰ ਮੇਰੇ ਲਾ ਮੱਛਰ ਮੇਰੇ ਪਊਗਾ ਮੈਂ ਮੂਹਰੇ ਹਾਂ ਸੋਰੀ ਹਾਂ ਉਹ ਤਾਂ ਕਰ ਨੱਕ ਹੁਣ ਠੀਕ ਹੈ ਚੱਲੀਏ ਚੱਲ ਚੱਲ ਦੁਗਦੁਮ ਦੁਗਦੁਮ ਦੁਗਦੁਗ ਦੁਗਦੁਮ ਯਾਰ ਨਵੀਂ ਹਾਂ ਆਪਣੇ ਬੁਲਟ ਦੀ ਆਵਾਜ਼ ਘੱਟ ਨਹੀਂ ਹੈਗੀ ਓਹੋ ਲੈ ਫਿਰ ਅੱਜ ਜਾਊ ਨਵਾਂ ਬੁਲਟ ਤੇ ਮੇਰਾ ਯਾਰ ਓਏ ਆ ਗਿਆ ਮੇਰਾ ਯਾਰ ਓਏ ਆ ਜਾ ਨਵੀਂ ਬੁਲਟ ਤਾਂ ਰੰਗ ਕਿਹੜਾ ਲਿਆ ਹੋਵੇ ਚੱਲ ਰੰਗ ਜਿਹੜਾ ਮਰਜ਼ੀ ਲਿਆ ਹੋਵੇ ਆਪਾਂ ਨੂੰ ਕੀ ਮੇਰੀ ਗੱਲ ਸੁਣ ਲਾਇਆ ਕਿੱਥੇ ਦੱਸ ਹੈ ਉੱਥੇ ਸਕੂਟਰ ਲਾਉਂਦੇ ਸੀ ਨਾ ਆਪਾਂ ਪਰ ਉੱਥੇ ਜਗ੍ਹਾ ਘੱਟ ਹੈ ਪੱਕਾ ਤੂੰ ਉਹ ਵੱਡੇ ਸਟੈਂਡ ਤੇ ਲਾਇਆ ਹੋਣਾ ਸਿਰ ਨਾ ਖਾ ਮੇਰਾ ਯਾਰ ਐਟੀਟਿਊਡ ਚੱਲ ਕੋਈ ਗੱਲ ਨਹੀਂ ਯਾਰ ਨੇ ਬੁਲਟ ਲਿਆ ਇੰਨਾ ਕੁ ਰੋਹਬ ਤਾਂ ਬਣਦਾ ਹੈ ਨਾਲੇ ਗੁੱਸਾ ਕਰਨਾ ਮੇਰਾ ਬਣਦਾ ਕਿਉਂ ਮੈਨੂੰ ਲੈਣ ਨਹੀਂ ਆਇਆ ਤੂੰ ਤਿੰਨ ਗੇੜੇ ਲਾਊਂਗਾ ਹੁਣ ਮੈਂ ਚਾਬੀ ਦੇ ਲਾਏਗਾ ਤਿੰਨ ਗੇੜੇ ਚਲ ਕਲਾਸ ਲਾਈਏ ਚੱਲ ਕੇ ਜੇ ਜੇ ਚਾਹ ਜੇ ਭੁੱਲ ਗਿਆ 50-50% ਦਾ ਹਿੱਸਾ ਯਾਰੀ ਦੀ ਸੌਂ ਹਾਂ ਹਾਂ ਆ ਫੜੀ ਹਾਂ ਹਾਂਜੀ ਫੜ ਚਾਬੀ ਕੱਢ ਫਟਾਫਟ ਹੁਣ ਚਾਬੀ ਆ ਗਈ ਹੈ 50-50 ਯਾਰੀ ਦਾ ਇੱਕੋ ਹਿੱਸਾ ਮੇਰੇ ਵਾਲੇ ਬੜੇ ਨੇ ਦੋ ਮਾਰੇ ਸੀ ਇੱਕ ਤਾਂ ਤੇਰੇ ਬਣਦਾ ਹੀ ਹੈ ਅੱਛਾ ਚੱਲ ਠੀਕ ਹੈ ਫਿਰ ਚਾਬੀ ਤਾਂ ਦੇ ਦੇ ਅੱਛਾ ਮਤਲਬ ਬੁਲਟ ਮਿਲੇ ਹੀ ਨਹੀਂ ਓਏ ਹੁਣੇ ਮੇਰਾ ਸਕੂਟਰ ਵੀ ਖੋਲਿਆ ਆ ਦਿੱਤੇ ਨੇ 20 ਰੁਪਏ ਬਸ ਹਾਲੇ ਐਡੀ ਜ਼ੋਰ ਦੀ ਚਪੇੜਾ ਮਾਰਿਆ ਮੇਰੇ ਆ 20 ਦਾ ਨੋਟ ਵੀ ਮੈਨੂੰ ਦਸਾਂ ਦਾ ਲੱਗੀ ਜਾਂਦਾ ਇਹ ਦੱਸਦਾ ਹੀ ਹੈ ਪੁੱਤ 10 ਰੁਪਏ ਤਾਂ ਮੈਂ ਆਉਂਦਾ ਹੋਇਆ ਆਟੋ 'ਤੇ ਖਰਚਿਆ ਇਹ 10 ਜਾਣ ਲੱਗੇ ਦੇ ਨੇ ਅੱਛਾ ਠੀਕ ਹੈ ਖਾਲਿਆ ਫਿਰ ਐਨਕਾਂ ਲਾਉਣ ਦੀ ਕੀ ਲੋੜ ਸੀ ਵੱਡਾ ਜੌਨ ਬਰਾਮ ਮੈਨੂੰ ਤਾਂ ਭੁਲੇਖਾ ਪਾਤਾ ਨਾ ਵੀ ਬੁਲਟ 'ਤੇ ਆਇਆ ਤੂੰ ਪਰ ਚਾਹੇ 2 ਵਜੇ ਨੇ ਤੌਰ 'ਚ ਫਰਕ ਨਹੀਂ ਪੈਣਾ ਚਾਹੀਦਾ ਆਪਣੇ ਅੱਛਾ ਹਾਂ ਚੱਕ ਬੈਗ ਮਤਲਬ ਹੁਣ ਬੁਲਟ ਜਮੀ ਨਹੀਂ ਮਿਲਣਾ ਚੁੱਪ ਕਰ ਸਾਈਕਲ ਰੋਕੋ ਕੀ ਹੋ ਗਿਆ ਸਟੈਂਡ 'ਤੇ ਲਾਓ ਕਿਉਂ ਅੱਛਾ ਠੀਕ ਹੈ ਆ ਲੈ ਪਰ ਤੂੰ ਸਟੈਂਡ 'ਤੇ ਕਲਵਾ ਰਿਹਾ ਪਿੱਛੇ ਬੈਠੂ ਮੈਂ ਤਾਂ ਯਾਰ ਹੁਣ ਗੋਡਾ ਨਹੀਂ ਮਾਰਦਾ ਪਲੀਜ਼ ਯਾਰ ਪੱਕੀ ਗੱਲ ਹਾਂ ਚੱਲ ਪਰ ਤੂੰ ਸਟੈਂਡ 'ਤੇ ਕਲਵਾਇਆ ਉਹ ਇਹ ਥੀਏਟਰ 'ਚ ਆਈਟਮ ਚੱਲਦੀ ਲਾਈਵ ਥੋੜ੍ਹੀ ਹੈ ਬੈਠ ਹਾਂ ਮਾਲੀ ਵੇ ਹਾਂ ਸਰ ਮਹਿੰਗਾਈ ਕਿੰਨੀ ਵੱਧ ਗਈ ਹਾਂ ਪਰ ਟੁੱਟੀ ਜੀ ਪੈਟੀ 10 ਰੁਪਏ ਦੀ ਕਰਤੀ ਹੈਂ ਹੋਰ ਗੱਲ ਸੁਣ ਸਾਰੀ ਨਾ ਖਾ ਜੀ 50-50% ਦਾ ਹਿੱਸਾ ਆਪਣਾ ਇੱਚ ਹਾਂ ਹੌਸਲਾ ਰੱਖ ਯਾਰਾ ਕੁੜੀਆਂ ਦਾ ਕੀ ਆਇਆ ਬੁਲਟ ਨੂੰ ਦੇਖ ਕੇ ਲਾਈਆਂ ਯਾਰੀਆਂ ਯਾਰੀਆਂ ਨਹੀਂ ਹੁੰਦੀਆਂ ਨਵੀਂ ਇਤਿਹਾਸ ਗਵਾਹ ਯਾਰ ਯਾਰਾਂ ਦੀ ਤਰੱਕੀ ਦੇ ਵਿੱਚ ਬਾਹਾਂ ਬਣਦੇ ਨੇ ਹਾਂ ਆਹ ਹੁੰਦੀ ਹੈ ਯਾਰੀ ਦੇਖ ਆਪਾਂ ਬੁਲਟ 'ਤੇ ਵੀ ਇਕੱਠੇ ਸੀ ਆਪਾਂ ਸਕੂਟਰ 'ਤੇ ਵੀ ਇਕੱਠੇ ਸੀ ਅੱਜ ਆਪਾਂ ਸਾਈਕਲ 'ਤੇ ਵੀ ਇਕੱਠੇ ਹਾਂ ਪਾਲੀ ਇਹ ਆਪਣੀ ਯਾਰੀ ਦੀ ਤਰੱਕੀ ਮਗਰ ਨੂੰ ਨਹੀਂ ਯਾਰੀ ਯਾਰ ਬੁਲਟ ਸਕੂਟਰ ਹੁਣ ਸਾਈਕਲ ਅੱਛਾ ਹੋਰ ਬੱਬੇ ਥਾਰ ਥਾਰ ਹੀ ਹੁੰਦੀ ਆ ਓਏ ਨਵੀ ਹਾਂ ਮੇਰੇ ਕੋਲ ਇੱਕ ਆਈਡੀਆ ਆਇਆ ਓਏ ਆਪਾਂ ਨਾ ਚੁੱਪ ਤੂੰ ਚੁੱਪ ਹੀ ਰਹਿ ਆਪਾਂ ਸਾਈਕਲ ਤੋਂ ਵੀ ਜਾਵਾਂਗੇ
बस तुसी फीलिंग लेनी है स्पेन च आ गए फीलिंग 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 यार फीलिंग तां नहीं रही यार क्यों यार ये फीलिंग उदों ही चंगी लगूगी जदों आपां सच्ची च किते घूमण जावांगे आ जावांगे जावांगे क्यों नहीं यार वैसे आपां कहन नूं चंडीगढ़ रहने तां आपां नया गांव पॉइंट यार फन सिटी तक तां गए नहीं कदे आपां फन सिटी कुड़ियां जांदियां हुंदियां जांदियां होणगियां मर्द जांदे ने कुल्लू हाय मनाली केरला हाय फिर तां तुसीं सारे ही ना मर्दो क्यों कालका पे टप्पे नहीं कदे पॉइंट क्यों नहीं गया चौथी च मैं जा के आया सी ओ मैं भी शिमी च दो बार कुल्लू गया ऐ तां रामपुर मैं भी दो कैंप लाए ने मैं तीन कैंप लाया छज्जू माजरे एनएसएस दे सतनी च ओ छोटे हुंदे आपां सारे गए आ किते ना किते जदों दे वड्डे इक वार भी नहीं गए किते दस ओ चल फिर की आ यार हुण चल वड़दे आ गोवा नहीं बीकानेर पाया जैसलमेर पूरा शिमला बर्फ दे बकवास बंद यार ओ पिंड जाण लगे बस दा किराया तां इक दूजे तों इकट्ठा करदे आ बनाएंगे प्लान शिमले दा सही गल है आ देख जैसलमेर बीकानेर सारा राजस्थान पुछो हिमाचल का पिंड है कितने पैंदा मैनु लगता फ्लाइट ते जावांगे पुछो मंडी की गल करदा जिन्ने का अपने को पैसे कट्ठे हुए ना पुछो मंडी का ही प्लान बन सकता किन्ने क हुए ने 3950 गिन लिया मैं अच्छा शिमला डन ओ पर जावांगे किवें कार ओ तो है नहीं बिल्कुल ट्रेन ओ चढ़ जाओ उदो चढ़ोंगे जदों गड्डी लंघी ओ चढ़ जाओ चढ़ जाओ आए ओ रुको फिर 12-13 रुपया अपना किराया लग जू पॉइंट ओ आज तक इंडियन रेलवे से ओखे समझ कदे किसे स्टूडेंट ने टिकट ली ना तब रापा गुणोंने बिरा प्रथा तोड़ नारे वेरी गुड फ्रीज जावांगे ਰਹਿੰਦਾ ਖਾਂਦਾ ਪੀਂਦਾ ਇਹ ਕਿੱਦਾਂ ਕਰਾਂਗੇ ਓਏ ਓ ਮੈਂ ਆਪੇ ਕਰ ਲੂੰਗਾ ਕਿਵੇਂ ਕਿੱਦਾਂ ਓ ਮੇਰਾ ਕਜ਼ਨ ਰਹਿੰਦਾ ਉੱਥੇ ਜਦੋਂ ਉਹ ਆਪਣੇ ਕੋਲ ਆਉਂਦਾ ਆਪਾਂ ਉਹਦਾ ਪਾਲਣ ਪੋਸ਼ਣ ਕਰਦੇ ਆ ਕਿ ਨਹੀਂ ਹਾਂ ਤੇ ਆਪਣਾ ਕਿਉਂ ਨਾ ਕਰੂਗਾ ਬਣ ਗਈ ਗੱਲ ਆ ਕਰ ਫੋਨ ਲਾਉ ਨੂੰ ਹੁਣੇ ਹਾਂ ਸਪੀਕਰ ਤਲਾ ਹੈਲੋ ਹਾਂ ਵੀ ਥੁੱਲੂ ਓ ਗੱਲ ਸੁਣ ਅਸੀਂ ਸ਼ਿਮਲੇ ਆ ਰਹੇ ਹਾਂ ਇੱਕ ਦੋ ਦਿਨਾਂ ਤੱਕ ਇੱਕ ਦੋ ਦਿਨਾਂ ਤੱਕ ਹਾਂ ਕਿਉਂ ਓ ਯਾਰ ਉਹ ਕੀ ਹੋਇਆ ਹੋਇਆ ਆ ਜਾਓ ਕੋਈ ਚੱਕਰ ਨਹੀਂ ਨਜ਼ਾਰੇ ਲਵਾਂਗਾ ਸਹੀ ਗੱਲ ਆ ਬਾਬੇ ਨਜ਼ਾਰਾ ਆਊਗਾ ਸ਼ਿਮਲਾ ਟ੍ਰਿਪ ਆਏ ਤੇ ਗੋਲੇ ਬਣਾਉਂਗਾ ਜਿੱਦਾਂ ਪਤਾ ਲੱਗਾਗੇ ਦੇਖ ਮੇਰਾ ਸਾਰਾ ਖੁਸ਼ੀ ਦਾ ਕਿਵੇਂ ਲੁੱਟ ਗਿਆ ਖੁਸ਼ੀ ਨਹੀਂ ਸਾਰਾ ਹਸਪੀਟਲ ਦਾ ਨੇਮ ਹੈ ਤਾਂ ਹੀ ਬੜਾ ਆਪਣਾ ਆਪਣਾ ਲੱਗ ਰਿਹਾ ਜੀ ਇਹ ਵੀ ਬੜਾ ਪਿਆਰਾ ਯਾਰ ਦੋਸਤ ਹੈ ਸਾਡਾ ਇਹਦੇ ਇਲਾਜ ਕੋਈ ਕਮੀ ਨਾ ਆਵੇ ਪੈਸੇ ਤੇ ਲਈ ਦੀ ਪਰਵਾਹ ਨਾ ਕਰਿਓ ਹੈ ਅੱਛਾ ਯਾਰੀ ਹਾਊ ਕਿਊਟ ਉਹ ਕੀ ਹੋਇਆ ਕਿਊਟ ਕਹਿ ਗਈ ਅੱਛਾ ਹਾਂ ਭਾਈ ਤੁਹਾਡਾ ਮਰੀਜ਼ ਕਿਹੜਾ ਮਰੀਜ਼ ਤਾਂ ਮੈਂ ਜੀ ਬਾਈ ਜੀ ਕੋਈ ਵਧੀਆ ਜਿਹਾ ਡਾਕਟਰ ਭੇਜੋ ਮੇਰੇ ਪੱਥਰੀ ਦਾ ਬੜਾ ਦਰਦ ਹੋਈ ਜਾਂਦਾ ਜਾਓ ਜੀ ओए मैं डॉक्टर एमबीबीएस फटाफट बाहर मार ठीक है किधर लोना ओए डॉक्टर साहब इना पथरी दर्द बढ़ गया जल्द ठीक करा ओए मेरे पथरी नहीं मैं इंजेक्शन तो डरता नर्स पकड़ो से खड़ो जी मैं फड़दा लगा लो ना इंजेक्शन ही तो है जे तुसी कहने हो फेल वाले ने दसो किथे लेना पड़े च कुछ नहीं होगा बिल्कुल दर्द नहीं होगा की होया बिल्कुल दर्द नहीं होया जी बस इना कुते काम सी बस इनो मेरे दफ्तर पे बिल पे करना हां जी डॉक्टर ओए केवे मुंह लटकाया कहंदी 5800 बिल भर दो 5800 ओ यार तुसी सरकारी अस्पताल ही ले जांदे ओए ऐ किवें सरकारी ले जांदे तू यार है साडा यार ता ठीक है पर हुण बिल कौन भरू ओ मैं भर दूंगा आपे घड़ी वेचेंगा ओए ओए ना ना ए ता चैन खुल गई सीगी
ਦਰਦਰ ਕੋ ਪੈਸੇ ਕਿੱਥੋਂ ਆਉ ਉਹ ਮੇਰੇ ਕੋਲ ਹੁੰਦੇ ਆਗੇ ਐਮਰਜੈਂਸੀ ਖਾਤੇ ਰੱਖਦਾ ਮੈਂ ਪੈਸੇ ਵਾਹ ਜਸਣਾ ਸਿਆਣੇ ਬੰਦੇ ਦੀ ਸਿਆਣੀ ਗੱਲ ਨਰਸ ਸਾਹਮਣੇ ਫੇਸਤੀ ਹੁਣ ਤੋਂ ਬਚਾ ਲਈ ਪੈਸੇ ਪੂਸੇ ਹੈ ਨਹੀਂ ਮੇਰੇ ਕੋਲ ਕੁੜੀ ਤਾਂ ਤੂੰ ਕਿਹਾ ਓਏ ਉਹ ਆਪਣਾ ਯਾਰ ਹੈ ਤੇ ਉੱਤੋਂ ਬਿਮਾਰ ਹੈ ਉਹਦੇ ਕੋਲ ਚੰਗੇ ਲੱਗਦੇ ਇਹੋ ਜਿਹੀਆਂ ਗੱਲਾਂ ਕਰਦੇ ਓਏ ਤੁਸੀਂ ਬਿਲ ਪੇ ਕਰਨੀ ਹੈ ਹੈਗੇ ਸੌਰੀ ਡਾਕਟਰ ਸਾਹਿਬ ਦਰਅਸਲ ਗੱਲ ਇਹ ਹੈ ਜੀ ਓਏ ਚੁੱਪ ਕਰ ਨਰਸ ਵੀ ਖੜੀ ਹੈ ਯਾਰ ਡਾਕਟਰ ਸਾਹਿਬ ਇੱਕ ਮਿੰਟ ਗੱਲ ਸੁਣੀ ਕੋਲ ਆ ਕੇ ਹਾਂ ਡਾਕਟਰ ਸਾਹਿਬ ਅਸਲ ਗੱਲ ਤੇ ਹੈ ਜੀ ਅਸੀਂ ਆ ਸਟੂਡੈਂਟ ਉਹ ਤਾਂ ਸ਼ਕਲਾਂ ਤੋਂ ਲੱਗ ਰਹੇ ਹੋ ਹੋਸਟਲ 'ਚ ਬੈਠੇ ਬੈਠਿਆਂ ਨੇ ਸ਼ਿਮਲੇ ਦਾ ਟ੍ਰਿਪ ਪਲਾਨ ਕਰ ਲਿਆ ਸੀਗਾ ਕਰ ਕਰਾ ਕੇ ਪੈਸੇ ਹੋਏ 4000 ਰੁਪਏ ਇਕੱਠਾ ਓਏ 4950 ਓ ਸੌਰੀ ਡਾਕਟਰ ਸਾਹਿਬ 4950 ਬਸ ਅਸੀਂ ਤੁਰ ਨਹੀਂ ਆਲੇ ਸੀ ਕਿ ਇੱਕਦਮ ਇਹਦੇ ਪੱਥਰੀ ਦਾ ਦਰਦ ਉੱਠ ਖੜਿਆ ਤੇ ਅਸੀਂ ਆ ਦੇਖਿਆ ਨਾ ਤਾਂ ਚਾਕੇ ਨੂੰ ਤੁਹਾਡੇ ਹਸਪੀਟਲ ਲਿਆਏ ਤੁਹਾਡਾ ਨਹੀਂ ਆਪਣਾ ਓ ਨਹੀਂ ਡਾਕਟਰ ਸਾਹਿਬ ਤੁਹਾਡਾ ਓਏ ਆਪਣਾ ਓ ਤੁਹਾਡਾ ਡਾਕਟਰ ਸਾਹਿਬ ਓਏ ਆਪਣਾ ਹਸਪੀਟਲ ਨਾ ਹੈ ਯਾਰ ਅੱਛਾ ਆਪਣਾ ਹਸਪੀਟਲ ਓ ਡਾਕਟਰ ਸਾਹਿਬ ਪਰ ਸਾਨੂੰ ਨਹੀਂ ਪਤਾ ਸੀ ਕਿ ਤੁਹਾਡਾ ਹਸਪੀਟਲ ਇੰਨਾ ਮਹਿੰਗਾ ਤੇ ਇੰਨਾ ਵਧੀਆ ਹੋਊਗਾ ਸਾਡੇ ਕੋਲ ਰੁਪਏ 4950 ਤੇ ਬਿੱਲ ਬਣ ਗਿਆ 5800 ਅਸੀਂ ਕਹਿੰਦੇ ਡਾਕਟਰ ਸਾਹਿਬ ਬਾਕੀ ਪੈਸੇ ਤੁਸੀਂ ਕਿਸ਼ਤਾਂ ਕਰ ਲੈਂਦੇ ਓਏ ਇੱਥੇ ਕੁੱਲ ਲੈਣਾ ਡਾਕਟਰ ਸਾਹਿਬ ਮੈਨੂੰ ਤਾਂ ਨਹੀਂ ਆਇਆ ਪੈਸੇ ਤੁਹਾਡੇ ਮੈਂ ਭਰ ਦੂੰਗਾ ਪਰ ਮੇਰੀ ਇੱਕ ਸ਼ਰਤ ਹੈ ਸਾਰੀਆਂ ਮਨਜ਼ੂਰ ਹੈ ਬਸ ਪੈਸੇ ਨਾ ਮੰਗਿਓ ਜੀ ਮੈਂ ਇੱਕ ਦਿਨ ਵਾਸਤੇ ਤੁਹਾਡੇ ਹੋਸਟਲ 'ਚ ਰਹਿਣਾ ਚਾਹੁੰਦਾ ਉਹ ਕਿਉਂ ਸਾਰੇ ਡਾਕਟਰਾਂ ਦੇ ਤੇ ਯਾਰ ਦੋਸਤ ਹੁੰਦੇ ਨੇ ਕੀ ਹੋ ਗਿਆ ਸਾਰੇ ਬਾਹਰ ਚਲੇ ਗਏ ਮੈਂ ਹੋਸਟਲ ਦੇ ਵਿੱਚ ਬਹਿ ਕੇ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਨਾ ਚਾਹੁੰਦਾ ਡਾਕਟਰ ਸਾਹਿਬ ਡਨ ਹੈ ਭਾਵੇਂ ਮਹੀਨਾ ਰਹੋ ਮੈਂ ਬੇਲਾ ਇੱਥੇ ਹਸਪਤਾਲ 'ਚ ਮਰੀਜ਼ ਤੇ ਮਰੀਜ਼ ਚੜਿਆ ਪਿਆ ਹੁਣ ਤੇਰਾ ਬੜਾ ਸਮੂਹ ਠੀਕ ਹੈ ਮਨਜ਼ੂਰ ਹੈ ਜੀ ਇੱਕ ਦਿਨ ਅਕਸਰ ਮੁੰਡਿਆਂ ਦੀ ਯਾਰੀ ਦੀ ਹੀ ਗੱਲ ਕੀਤੀ ਜਾਂਦੀ ਹੈ ਪਰ ਕੁੜੀਆਂ ਦੀ ਯਾਰੀ ਵੀ ਕਿਤੇ ਘੱਟ ਨਹੀਂ ਹੁੰਦੀ ਨਹੀਂ ਯਕੀਨ ਤੇ ਪਰਫਾਰਮੈਂਸ ਵੇਖੋ ਓਏ ਹਾਂ ਤੂੰ ਇਹਨੂੰ ਹਜੇ ਵੀ ਮਿਲਦੀ ਹੈ ਕਿਹਨੂੰ ਇਹਨੂੰ ਬਾਦਰ ਮੋਹੇ ਨੂੰ ਤੂੰ ਇਹਨੂੰ ਫੋਲੋ ਕਰ ਰਹੀ ਹੈ ਮੇਰੀ ਜੁੱਤੀ ਨਾ ਫੋਲੋ ਕਰੇ ਇਹਨੂੰ ਮੈਂ ਤਾਂ ਤੇਰੇ ਕਰਕੇ ਫੋਲੋ ਕਰ ਰਹੀ ਹਾਂ ਇਹਨੇ ਸਾਡੀ ਦੋਵਾਂ ਦੀ ਇੰਸਟਾਗ੍ਰਾਮ ਤੇ ਫੋਟੋ ਪਾਤੀ ਹੋਵੇ ਕੱਟਿਆ ਦੀ ਆਈ ਨਹੀਂ ਕਿੰਨੇ ਕਿਊਟ ਲੱਗ ਰਿਹਾ ਆਪਾਂ ਕਿਊਟ ਖੜਾ ਹੈ ਨਾ ਹੈ ਨਾ ਬਦਤਮੀਜ਼ੀ ਉਲਟੀ ਵਰਗਾ ਮੂੰਹ ਹੈ ਤਾਂ ਉਲਟੀ ਆਉਗੀ ਨਾ ਬੜਾ ਸੋਹਣੀਆ ਨਾ ਕਿਤੇ ਕਿਰਲੀ ਜਾਈ ਕਿਰਲੀ ਸ਼ਾਂਤ ਸ਼ਾਂਤ ਦੇਖ ਉਹਨੇ ਤੇਰੇ ਨਾਲ ਇੰਸਟਾਗ੍ਰਾਮ ਤੇ ਪਿਕ ਅਪਲੋਡ ਕੀਤੀ ਹੈ ਹਾਂ ਇਹਦਾ ਮਤਲਬ ਪਤਾ ਤੈਨੂੰ ਕੀ ਹੈ ਕੀ ਮਤਲਬ ਬਦਨਾਮੀ ਇਹਨੇ ਚ ਕਿਹੜੀ ਬਦਨਾਮੀ ਹੋ ਜੂ ਤੂੰ ਨਾ ਬਹੁਤ ਭੋਲੀ ਹੈ ਜੇ ਮੈਂ ਨਾ ਆਵਾਂ ਪਤਾ ਨਹੀਂ ਤੇਰਾ ਕੀ ਬਣੇ ਅੱਜ ਕੱਲ੍ਹ ਦੇ ਮੁੰਡੇ ਪਤਾ ਕੀ ਕਰਦੇ ਆ ਵੱਖ ਵੱਖ ਕੁੜੀਆਂ ਨਾਲ ਫੋਟੋ ਪਾਉਂਦੇ ਇੰਸਟਾਗ੍ਰਾਮ ਤੇ ਕਹਿੰਦੇ ਨੇ ਕਿ ਦੇਖ ਤੇਰੇ ਯਾਰ ਦੀਆਂ ਕਿੰਨੀਆਂ ਸਹੇਲੀਆਂ ਨੇ ਦੇਖ ਅਗਲਾ ਇੰਟੈਲੀਜੈਂਟ ਹੈ ਵਧੀਆ ਆ ਤੇ ਪਰਿਵਾਰ ਇਹਨਾਂ ਵਧੀਆ ਤੇ ਸਭ ਤੋਂ ਖਾਸ ਗੱਲ ਕਿ ਮੈਨੂੰ ਸਮਝਦਾ ਅਗਲਾ ਸਮਝਦਾ ਤੈਨੂੰ ਹਾਂ ਤੇ ਫਿਰ ਕਾਲ ਲਾ ਉਹਨੂੰ ਤੇ ਮਤਲਬ ਕਾਲ ਤੇ ਕੀ ਗੱਲ ਕਰਨੀ ਹੈ ਮੈਂ ਤਾਂ ਸਵਾਲ ਜਵਾਬ ਕਰਨੇ ਨੇ ਦੇਖ ਇਹਦੇ ਨਾਲ ਕੋਈ ਕੇਬੀਸੀ ਰਾਉਂਡ ਨਹੀਂ ਚੱਲ ਰਿਹਾ ਅਗਲਾ ਬੁਆਏਫ੍ਰੈਂਡ ਹੈ ਮੇਰਾ ਬੁਆਏਫ੍ਰੈਂਡ 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 ਮੈਂ ਤੈਨੂੰ ਕਿਹਾ ਮੈਨੂੰ ਵਰਡ ਬਿਲਕੁਲ ਨਹੀਂ ਪਸੰਦ ਤੇ ਮੇਰੇ ਮੂਹਰੇ ਜਵਾਂ ਨਾ ਬੋਲਿਆ ਕਰ ਤੇ ਤੂੰ ਨਾ ਓਵਰ ਰਿਐਕਟ ਕਿਉਂ ਕਰ ਰਹੀ ਹੈ ਓਵਰ ਰਿਐਕਟ ਹਾਏ ਰੱਬਾ ਉਹ ਮੇਰੀ ਜੜਾ ਚ ਆ ਕੇ ਬਹਿ ਗਿਆ ਤੇ ਇਹ ਕਹਿ ਰਹੀ ਕਿ ਮੈਂ ਓਵਰ ਰਿਐਕਟ ਕਰ ਰਹੀ ਹਾਂ ਜੜਾ ਕੀ ਹੁੰਦਾ ਹੈ ਜੜਾ ਰੂਟ ਇੱਕ ਤਾਂ ਨਾ ਅੱਜ ਕੱਲ ਦੀ ਕੁੜੀਆਂ ਨੂੰ ਕਹਾਵਤਾਂ ਦਾ ਵੀ ਨਹੀਂ ਪਤਾ ਤੂੰ ਆਪ ਗਾ ਕਿਤੇ ਪੀਐਚਡੀ ਕੀਤੀ ਹੋਈ ਹੈ ਨਾ ਮੁੱਦੇ ਤੋਂ ਨਾ ਪਟਕ ਪਰ ਮੁੱਦਾ ਹੈ ਕੀ ਮੁੱਦਾ ਤੇਰਾ ਉਹ ਗੰਦਾ ਜਾਂ ਸੜਿਆ ਜਾਂ ਚਟੰਗੀ ਬੁਆਏਫ੍ਰੈਂਡ ਤੂੰ ਉਸ ਕੱਲ ਦੇ ਜਵਾਕ ਦੇ ਪਿੱਛੇ ਮੇਰੇ ਨਾਲ ਲੜੀ ਜਾਂਦੀ ਹੈ ਜਵਾਕ ਨਹੀਂ ਹੈ ਉਹ ਅਗਲਾ 22 ਸਾਲਾਂ ਦਾ ਗੱਭਰੂ ਹੈ ਗੱਭਰੂ ਹਾਂ ਈ ਲਾ ਫਿਰ ਉਸ ਗੱਭਰੂ ਨੂੰ ਫੋਨ ਮਤਲਬ ਪੱਕੀ ਗੱਲ ਹੈ ਕੇਬੀਸੀ ਰਾਉਂਡ ਖੇਡਣਾ ਤੂੰ ਹਾਂ ਅੱਜ ਡਾਊਟ ਕਲੀਅਰ ਹੀ ਹੋਣਾ ਫਿਰ ਲਾ ਆਪਨੇ ਜਿਸ ਵਿਅਕਤੀ ਕੋ ਕਾਲ ਕੀਆ ਹੈ ਵਹ ਅਭੀ ਹਾਏ ਰੱਬਾ ਤੂੰ ਇੱਥੇ ਤੇ ਅੱਧੀ ਰਾਤ ਨੂੰ ਦਾ ਫੋਨ ਪਤਾ ਨਹੀਂ ਕਿੱਥੇ ਬਿਜ਼ੀ ਜਾ ਰਿਹਾ ਹੈ ਸਾਰੇ ਮੁੰਡੇ ਨਾ ਇੱਕੋ ਜਿਹੇ ਨਹੀਂ ਹੁੰਦੇ ਅਗਲੇ ਤਾਂ ਕੋਈ ਪ੍ਰੋਜੈਕਟ ਚੱਲ ਰਿਹਾ ਉਹਦੇ ਚ ਬਿਜ਼ੀ ਅਗਲਾ ਉਹ ਜਾਣਦੀ ਹੈ ਜਿਹੜੇ ਅੱਧੀ ਰਾਤਾਂ ਨੂੰ ਕੰਮ ਹੁੰਦੇ ਨੇ ਮੁੰਡੇ ਲੈ 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 ਆ ਗਿਆ ਆ ਗਿਆ ਆ ਗਿਆ ਆ ਗਿਆ ਹੈਲੋ 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 ਹਾਈ ਬੇਬੀ ਮਿਊਟ ਕਰ ਮਿਊਟ ਕਰ ਇੱਕ ਮਿੰਟ ਰੁਕਿਓ ਹਾਂ ਬੇਬੀ ਤੇ ਲੱਗਦੀ ਹੈ ਉਹਨੂੰ ਪੁੱਛ ਅੱਧੀ ਰਾਤ ਨੂੰ ਕਿਹੜੀ ਮਾਂ ਦੇ ਨਾਲ ਬਿਜ਼ੀ ਸੀ ਬੇਬੀ ਕਿਹਦੇ ਨਾਲ ਬਿਜ਼ੀ ਸੀ ਤੁਸੀਂ ਮੈਂ ਬੇਬੇ ਨਾਲ ਗੱਲ ਕਰ ਰਿਹਾ ਸੀ ਹਾਏ ਰੱਬਾ ਬੇਬੇ ਨਾਲ ਗੱਲ ਕਰ ਰਿਹਾ ਸੀ ਅਗਲਾ ਇੱਕ ਮਿੰਟ ਉਹ ਪਿੰਡ ਤੋਂ ਬਿਲੋਂਗ ਕਰਦਾ ਪਿੰਡ ਤੋਂ ਬਿਲੋਂਗ ਕਰਦਾ ਹੈ ਨਾ ਹਾਂ ਸਾਫ਼ ਝੂਠ ਪਿੰਡ ਦੇ ਲੋਕ ਇੰਨੀ ਦੇਰ ਤੱਕ ਨਹੀਂ ਜਾਗਦੇ ਲੈ ਕਿਹੜੀ ਉਹਦੀ ਮਾਂ ਦੀ ਰਾਤ ਤੱਕ ਬੈਠੀ ਕਸੀਦਾ ਕੱਢ ਰਹੀ ਹੈ ਪੁੱਛੋ ਨੂੰ ਪਿੰਡ ਦੇ ਲੋਕ ਨਾ ਅੱਧੀ ਰਾਤ ਤੋਂ ਇੰਨੀ ਦੇਰ ਤੱਕ ਨਹੀਂ ਜਾਗਦੇ ਹੋਵੇਂ ਬਿਲਕੁਲ ਨਹੀਂ ਜਾਗਦੇ ਮੇਰੀ ਜਾਨ ਪਰ ਬੇਬੇ ਤਾਂ ਕੈਨੇਡਾ ਗਈ ਹੋਈ ਹੈ ਵੱਡੇ ਬਾਈ ਕੋਲੇ ਉੱਥੇ ਤਾਂ ਦਿਨ ਹੈ ਬੇਬੇ ਕੈਨੇਡਾ ਗਈ ਹੋਈ ਆ
पागल जी ओनू पूछ कि जे बेबे कनाडा ते ओ अद्धी रात किथे है जे बेबे कनाडा ते फिर तुसी अद्धी रात नु किथे हो मैं तेरे दिल च वो देखे ओनू पूछ ओदा फेवरेट कलर की है तेरा सॉरी तेरा फेवरेट कलर की है अच्छा बेबी मेनू दसो की तुसी मेनू किन्या प्यार करदे हो कितना मिठा है दसो जिन्ने अज आसमान च तारे ने ओना ले दस हां तो बदलबारी हुई पी देख ओ तेनु जमा प्यार नहीं करदा मैं पहले ही कहया सीगा अच्छा मेनू दसो कि मेरी फैमिली च कौन कौन है म्यूट कर मेनू पता तेरे मम्मा हाँ? तेरे पापा, पापा तेरा छोटा भरा ते सब तो क्यूटेस्ट मूजा अच्छा दसो तेरी फैमिली च हां तेरे पापा पापा तेरे मम्मा मम्मा ते तेरा छोटा भरा छोटा ब्रदर ते और तू मेरी जान हाय रब्बा बूजो नु भूल गया फैमिली तो सब तो क्यूटेस्ट मेंबर तू तो सब तो बाद इंस्टाग्राम तो दे नाली पिक्स पानी है तो अनु पहली बार कद मिली सी ते केडी तरीक नु मिली सी हां आपा पहली बारी कदो ते किथे मिले सी ते डेट केडी सी कोई अपने यूनिवर्सिटी फंक्शन सी जून जुलाई दा दिन सी ते धुंदा जिया पेंदिया सी साफ झूठ पता चल रहा है जून जुलाई से केड़ी ओदे मां तुंदा पेंदिया ने हां हुन ओनु पुछ तेरे को लिपस्टिक्स किनिया ने अच्छा मेनू दसो कि मेरे को लिपस्टिक पागल हो गई है लिपस्टिक केड़े बॉयफ्रेंड नु पता हुंदी है मेनू पता तो ओनु किने पता आई एम सीरियस लिपस्टिक बारे पूछा आई एम सीरियस तू पूछता सी अच्छा मेनू दसो कि मेरे को लिपस्टिक्स किनिया ने म्यूट कर मेनू पता मेरे को 12 ने तेरे को 10 ने हां तेरे को दो बात किवें आईया तू ओनु छटना तू इतना कला पूरी ले तू ओनु दसो हां मेनू दसो कि मेरे को लिपस्टिक्स किनिया ने सुर्खी बिंदी की बिंदी ओए किनु पता हुंदा यार हाय रब्बा एनु ए नहीं पता मेनू तक पता वड्डा आया तेरा जीवन साथी बनन वाला तू ना मेरे को एक और च ओनु कह ओनु पूछ तू बस जो पूछ गया मैं आप पूछूंगी मेनू दसो कि मेरी आंखा का रंग की है ब्राउन मेरी आंखा का रंग ब्राउन है ब्राउन नहीं बेटा लाइट ब्राउन है लाइट ब्राउन तू कहां रुक जाएगी है मेनू पता ना तेरी आंखा मैं देख रही हूं देखिया मेरी जान मैं सब पता है तेरी पसंद की है कुत्ते हैं कमीने की मेरी आंखा का रंग लाइट ब्राउन है ब्राउन नहीं नाले मेरी फैमिली च ना सब तो क्यूट है बूजो तू ओनु तक भूल गया ओ तू फैमिली मेंबर पूछा सी ओ तो कुत्ता है हाय रब्बा बूजो नु कुत्ता क्या कुत्ता तेरी हिम्मत की नहीं ओनी तू कुत्ता अब बीच पादरी जी कौन बोलती है हाय मेरे पादरी क्या कुछ बोल ओनु तू मेरे नाल गा कर मेरी इंस्टाग्राम तो फोटो डिलीट करते हो तब मेरा फोन कट हैं डिलीट कर फोटो मेरा फोन कट हेलो तब आ जाओ तब आ वेरी गुड आई एम प्राउड ऑफ यू देख मेरे को तो बॉयफ्रेंड सी नहीं तो ना हूं तेरा रहा हूं आप इक्वल इक्वल इक्वालिटी आ गई अपने बीच इक्वालिटी तो हले भी नहीं हैगी हूं की है जो कि तेरे को मेरे तो दो बार लिपस्टिक्स हैं हाय रब्बा खड़े एक मिनट हेलो ये देख मुंडा सोनिया नी आई फोन वर्गा जनी खनी नाल हुंदा नी अटैच करिए हाय वे जसड़ा किन्निया सोनिया कुड़िया ने जग ते मेरे वाली पता नहीं कदों काऊ ਤੈਨੂੰ ਕੀ ਹੋ ਗਿਆ ਸਹੇਲੀ ਛੱਡ ਗਈ ਹੈ ਯਾਰ ਹਲੇ ਕੱਲ ਤਾਂ ਤੇਰੀ ਗੱਲ ਹੋਈ ਸੀ ਓਏ ਅੱਜ ਹੀ ਛੱਡ ਗਈ ਯਾਰ ਓ ਮੈਂ ਸੁਣਿਆ ਤਾਂ ਸੀ ਵੀ ਕੁੜੀਆਂ ਤੇਜ਼ ਹੁੰਦੀਆਂ ਪਰ ਇੰਨੀਆਂ ਤੇਜ਼ ਵੈਰੀ ਫਾਸਟ ਵੈਸੇ ਪਿਆਰ ਪਿਓਰ ਹੁਣ ਦਿਲਾਂ ਦੀ ਗੱਲਾਂ ਤਾਂ ਰਹਿ ਨਹੀਂ ਗਿਆ ਪੈਸਾ ਤੇ ਪਰਸਨੈਲਿਟੀ ਹੈ ਪਰ ਜਸਣਾ ਤੇਰੇ ਕੋਲ ਤਾਂ ਸਭ ਕੁਝ ਸੀ ਸੋਹਣੀ ਪਰਸਨੈਲਿਟੀ ਅੱਡੀ ਘੈਂਟ ਪੱਗ ਕੁੰਡੀਆਂ ਮੁੱਛਾਂ ਗੁੱਟ ਤੇ ਘੜੀ ਉੱਚਾ ਲੰਬਾ ਸਰਦਾਰ ਜੇ ਜਸਣਾ ਤੇਰੇ ਜੇ ਪਰਸਨੈਲਿਟੀ ਦੇ ਮੁੰਡੇ ਨੇ ਕੁੜੀ ਛੱਡ ਗਈ ਤਾਂ ਮੇਰੇ ਜੇ ਸੁਨੱਖੇ ਦਾ ਤਾਂ ਫਿਰ ਔਖਾ ਓਏ ਉਹ ਕੁਛ ਨਹੀਂ ਰੱਖਿਆ ਕੰਮਾਂ 'ਚ ਤੂੰ ਪੜ੍ਹਾਈ ਕਰ ਐਵੇਂ ਮੋਹ ਮਾਇਆ ਇਹ ਆ ਮੋਹ ਮਾਇਆ ਆਪ ਨਜ਼ਾਰੇ ਲੈ ਲੈ ਮੇਰੀ ਬਰੀ ਮੋਹ ਮਾਇਆ ਮੈਨੂੰ ਨਹੀਂ ਪਤਾ ਜਸੜਾ ਮਾਇਆ ਮੇਰੇ ਕੋਲ ਹੈ ਨਹੀਂ ਉਹ ਮੇਰਾ ਮੋਹ ਪਵਾ ਹੋਇਆ ਕਿਸੇ ਨਾਲ ਯਾਰ ਕੀ ਜਸੜ ਜਸੜ ਲਾਈ ਆ ਤੇਜੀ ਨਾ ਹੈ ਮੇਰਾ ਐਵੇਂ ਮੂੰਹ ਚੱਕ ਕੇ ਰੱਖੀ ਜੋ ਜਸੜ ਯੋ ਤੇਜੀ ਬ੍ਰੋ ਓਏ ਤਾਂ ਮੁੰਡੇ ਦੀ ਉਹ ਪੋਪੂਲੇਸ਼ਨ ਵਿੱਚ ਹੁੰਦਾ ਜਿਹਨਾਂ ਦਾ ਸਿੱਧਾ ਵਿਆਹ ਹੁੰਦਾ ਉਹ ਫਿਰ ਵਿਆਹ ਕਰਾ ਦਵਾਂ
ਬੜੀ ਅੱਗ ਲੱਗੀ ਹੈ। ਓਏ ਅੱਗ ਨਹੀਂ ਭਾਂਬੜ ਮੱਚਿਆ ਪਿਆ। ਡੋਨਟ ਟੱਚ ਮੀ। ਹਾਂ ਹਾਂ ਮੇਰੀ ਜਾਨ, ਮੈਂ ਰੋਟੀ ਖਾ ਲਈ ਸੀ। ਤੈਂ ਖਾਧੀ? ਕੁਰਸੀ ਅੱਗੇ ਕਰ। ਕੀ ਗੱਲ ਹੈ ਸਰਪੰਚ ਲੱਗਾ? ਓਏ ਇਹਦੇ ਕੋਲ ਸਹੇਲੀ ਆ। ਤੂੰ ਫਿਕਰ ਨਾ ਕਰੇ, ਕੁਝ ਨਹੀਂ ਹੋਏਗਾ। ਤੂੰ ਟੈਨਸ਼ਨ ਨਾ ਲਿਆ ਕਰ, ਮੈਂ ਤੈਨੂੰ ਸਭ ਪਤਾ ਹੈ। ਮੈਂ ਕਰਦਾ। ਹੈਂ? ਵਧੀਆ ਵਧੀਆ, ਸਭ ਓਕੇ ਆ। ਓਏ ਨਾ ਨਾ, ਮੇਰੀ ਜਾਨ ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ। ਹਾਂ ਹਾਂ ਬਸ ਮੈਂ ਦੱਸਦਾ। ਹਾਂ ਨਾ ਨਾ, ਕੋਈ ਚੱਕਰ ਹੀ ਨਹੀਂ, ਆਪਾਂ ਅੱਜ ਰਾਤ ਦਾ ਪਲੈਨ ਕਰਦੇ ਹਾਂ। ਚਲੋ ਤੁਸੀਂ ਕੱਟੋ ਬੇਬੀ ਜੀ, ਮੈਂ ਨਹੀਂ, ਪਹਿਲਾਂ ਤੁਸੀਂ। ਸਾਰੀ ਮੇਰੀ ਯਾਰ ਬੇਲੀ ਕੋਲ ਨੇ, ਮੈਂ ਕਿਸ ਕਿਵੇਂ ਦਿੰਦਾ ਸਭ ਦੇ ਸਾਹਮਣੇ? ਉਹ ਇੰਨਾ ਟਾਈਮ ਥੋੜੀ ਲੱਗਦਾ ਹੁੰਦਾ ਯਾਰ। ਉਹ ਯਾਰ ਤੂੰ ਮੈਨੂੰ ਵੀ ਕਰਾ ਦੇ ਹੱਲ ਦੱਸਣ ਦਾ। ਇਹ ਮੂੰਹ ਮਾਰ ਕਰ। ਚੱਲ ਕੋਈ ਨਾ, ਆ ਲੈ ਮੇਰੇ। ਹਾਲੇ ਤਾਂ ਮੇਰੀ ਸਹੇਲੀ ਨੂੰ ਫੋਨ ਤੇ ਪੱਪੀਆਂ ਕੀਤੀਆਂ ਨੇ, ਜਿੱਦੇ ਮੇਰੀ ਆਪਦੀ ਆ ਗਈ। ਆਹੋ ਤੇ ਤੂੰ ਚੜ ਚੜੀ ਮਾਰ ਦੇਗਾ। ਮੇਰੀ ਗੱਲ ਨਾ ਕਰਾਓ ਯਾਰ ਕਿਸੇ ਨਾਲ। ਕੋਈ ਨਾ, ਕਰਾਵਾਂਗੇ ਯਾਰ, ਹੌਸਲਾ ਰੱਖ। ਓਏ ਅੱਛਾ ਯਾਰ, ਸਾਰੀਆਂ ਗੱਲਾਂ ਤੋਂ ਛੱਡ, ਤੂੰ ਇਹ ਦੱਸ ਕੋਈ ਕੁੜੀ ਕਾੜੀ ਤੇਰੇ ਨਾਲ ਗੱਲ ਕਰਦੀ ਹੈ? ਆਹੋ ਕਰਦੀ ਹੈ, ਇੱਕ ਨੰਬਰ ਮਾਹੌਲ ਹੈ ਵਧੀਆ ਚ। ਦਿਖਾ ਫਿਰ ਛੇਤੀ। ਆਹ ਓਏ ਹਾਏ ਓਏ, ਕਿੰਨੀਆਂ ਪਾਰੀਆਂ ਭੇਜੀ ਫਿਰਦਾ। ਓਏ ਤਾਂ ਕਸਟਮਰ ਕੇਅਰ ਨੂੰ ਭੇਜੀ ਬੈਠਾ ਹੈ। ਓਏ ਓਰੇ ਬੜਾ, ਇਹ ਤਾਂ ਮੈਂ ਪ੍ਰੈਕਟਿਸ ਕਰਦਾ ਸੀ। ਅਸਲੀ ਵਾਲੀ ਆਹ ਹੈ। ਹਾਏ ਸਿਸਟਰ, ਮੇਰਾ ਮਤਲਬ ਇਹ ਤਾਂ ਨਰਸ ਹੈ, ਇਹਦੇ ਨਾਲ ਗੱਲ ਕਰਨੀ ਹੈ। ਦੇਖੋ ਨਰਸ ਨਾਲ ਗੱਲ ਕੀਤੀ ਤੇ ਕਿੰਨੇ ਫਾਇਦੇ? ਤੂੰ ਬਿਮਾਰ ਹੋਇਆ, ਤੇਰਾ ਇਲਾਜ ਕਰ ਦੂੰ, ਤੇਰਾ ਗੁਰਦੇ ਦਾ ਪ੍ਰੈਸ਼ਰ, ਤੇਰੀ ਨਿਗਾਹ ਠੀਕ ਕਰ ਦੂੰ, ਦੇਖੋ ਕਿੰਨੇ ਫਾਇਦੇ ਨੇ। ਓਏ ਓਏ ਸਾਲਿਆ, ਸਾਨੂੰ ਕੁੜੀ ਪਿੱਛੇ ਬਿਮਾਰ ਕਰਦੇ? ਉਹ ਗੱਲ ਹੈਗੀ ਯਾਰ, ਮੈਨੂੰ ਸੋਹਣੀ ਲੱਗਦੀ ਹੈ ਅਗਲੀ, ਇਹਦੇ ਨਾਲ ਹੀ ਗੱਲ ਕਰਨੀ ਹੈ ਆਪਾਂ। ਐਂ ਕਰ, ਇਹਨੂੰ ਹੁਣੇ ਮੈਸੇਜ ਕਰ ਤੇ ਮਿਲਣ ਲਈ ਬੁਲਾ। ਹੈਂ? ਮਿਲਣ ਲਈ ਬੁਲਾ ਲਾ। ਹਾਂ ਕੀ ਕਰ, ਟਾਈਪ ਮੀਟ 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 ਮੀਟਿੰਗ ਲਈ ਕਰ, ਤੂੰ ਸੀਨ ਕਰ ਲਿਆ, ਰਿਪਲਾਈ ਕਰ ਲਈ ਟਾਈਪਿੰਗ। ਅਗਲੀ ਮੰਨਤਾ ਗਈ, ਪਰ ਉੱਥੇ ਜਾ ਕੇ ਮੈਂ ਕਰੂੰਗਾ ਕੀ? ਓ ਯਾਰ ਅਸੀਂ ਦੱਸਾਂਗੇ, ਚੱਲ ਨਾਲ ਸਾਡੇ। ਲੋ ਵੀ ਮਿੱਤਰੋ, ਕੰਨ ਖੋਲ ਕੇ ਮੇਰੀ ਗੱਲ ਸੁਣ ਲਓ, ਬਾਰ ਬਾਰ ਮੈਂ ਦੱਸਣਾ ਕੋਈ ਨਹੀਂ, ਕੁੜੀ ਨੂੰ ਇੰਪ੍ਰੈਸ ਕਰਨ ਲਈ ਸਭ ਤੋਂ ਜ਼ਰੂਰੀ ਹੈਗਾ ਹੈ ਪੀਟੀ। ਉਹ ਨਹੀਂ, ਉਹ ਡੰਡ। ਉਹ ਤੂੰ ਕੁੜੀ ਨੂੰ ਮਿਲਣ ਚੱਲਿਆ ਜਾਂ ਕੁਸ਼ਤੀ ਕਰਨ ਚੱਲਿਆ? ਮੈਨੂੰ ਸਮਝ ਨਹੀਂ ਆਉਂਦਾ, ਮੈਂ ਕਦੇ ਕਿਸੇ ਕੁੜੀ ਨੂੰ ਮਿਲਿਆ ਨਹੀਂ, ਮੈਨੂੰ ਘਬਰਾਹਟ ਹੋਈ ਜਾਂਦੀ ਹੈ, ਮੇਰੀਆਂ ਲੱਤਾਂ ਕੰਬੀ ਜਾਂਦੀਆਂ ਯਾਰ। ਉਹਦੀਆਂ ਲੱਤਾਂ ਫੜੋ। ਹੁਣ ਦੱਸੋ ਕਰਨਾ ਕੀ ਹੈ? ਸਭ ਤੋਂ ਪਹਿਲਾਂ ਰੈਸਟੋਰੈਂਟ ਜਾ। ਓਏ ਓਏ, ਆ ਤਾਂ ਮਹਿੰਗਾ ਬਹੁਤ ਹੈ। ਓਏ ਤੇਰੀ ਕਾਰ ਤੋਂ ਬਾਹਰ ਹੈ ਇਹ, ਤੂੰ ਐਂ ਕਰ ਕਾਫੀ ਮੰਗਾ ਲਾ। ਉਹ ਠੀਕ ਰਹੋ ਤੇਰੇ ਲਈ। ਹਾਂ ਕਾਫੀ 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 ਕੈਪੋਚੀਨੋ ਲਾਤੋ ਲੱਸੀ ਹੈ। ਓਹ ਇਹ ਤਾਂ ਬਾਲੀਆਂ ਕਾਫੀਆਂ ਚੱਕੀ ਫਿਰਦੇ ਹੋਏ। ਓ ਯਾਰ ਤੂੰ ਸਭ ਕੁਝ ਛੱਡ ਦੇ, ਚਾਹ ਮੰਗਾ ਲੈ। ਓਕੇ ਪੁਆਇੰਟ, ਚਾਹ ਵੀਰੇ ਨਾਲ ਮੱਠੀਆਂ ਮੰਗਾ ਲਾ। ਓ ਮੂਰਖਾ, ਤੂੰ ਢਾਬੇ ਤੇ ਨਹੀਂ ਬੈਠਾ, ਰੈਸਟੋਰੈਂਟ ਹੈ ਇਹ। ਉਹੀ ਸਰਕਾਰੀ ਸਕੂਲ ਵਾਲੀਆਂ ਗੱਲਾਂ, ਓਏ ਸਟੈਂਡਰਡ ਰੱਖੀਦਾ ਹੈ, ਐਡਾ ਵੱਡਾ ਰੈਸਟੋਰੈਂਟ, ਕੁੜੀ ਸਾਹਮਣੇ ਤੂੰ ਮੱਠੀ ਆਰਡਰ ਕਰੇਗਾ? ਨਾਲ ਬਾਲੂ ਸ਼ਾਹੀਆਂ ਕਹਿ ਦੇ। ਬੱਲੇ ਓਏ ਗਰੀਬਾਂ ਦਾ ਸਰਦਾਰ, ਕਰਤੀ ਨੇ ਗਰੀਬਾਂ ਵਾਲੀ ਗੱਲ, ਤੂੰ ਐਂ ਕਰ, ਤੂੰ ਬਾਲੂ ਸ਼ਾਹੀ ਦੇ ਨਾਲ ਮਟਰ ਵੀ ਮੰਗਾ ਲੈ, ਮਿੱਠੇ ਤੈਨੂੰ ਮਕੀਨ ਦਾ ਕੰਬੀਨੇਸ਼ਨ ਬਣਦਾ ਹੈ। ਇਹ ਠੀਕ ਹੈ, ਬਾਲੂ ਸ਼ਾਹੀਆਂ ਮਟਰ, ਓਏ ਉਹ ਤਾਂ ਲਿਸਟ 'ਚ ਹੈ ਹੀ ਨਹੀਂ। ਉਹ ਛੱਡ, ਉਹ ਆ ਗਈ, ਪਟਾਈ ਆ ਗਈ। Hi. How have you been? Mr. Bean ji, I also like the Mr. Bean ji. Bada badhiya ji. Haal chal puchdi hai tera. Oh, I am good ji, but I am also alone. Sab theek hai? Everything is all right. ਡੀ ਸੋਹਣੀ ਕੁੜੀ, ਹੱਥ ਲਾ ਦੇ। ਆਲ ਰਾਈਟ ਕਿਵੇਂ ਹੋਊਗਾ ਜੀ? ਓਏ ਪੁਸ਼ਪਾ, ਮੋਢਾ ਸਿੱਧਾ ਕਰ। ਮੈਨੂੰ ਤਾਂ ਅੱਜ ਪਤਾ ਲੱਗਿਆ ਪੁਸ਼ਪਾ ਦਾ ਮੋਢਾ ਟੇਢਾ ਕਿਉਂ ਸੀ। ਓਏ ਥੱਲੇ ਚੱਲ, ਥੱਲੇ ਚੱਲ, ਕੁੜੀ ਕੁੜੀ ਖੜੀ ਹੈ ਥੱਲੇ। ਹੋਰ ਨਵੀਂ ਤਾਜ਼ੀ? ਹੋਰ ਤਾਂ ਜੀ, ਪਹਿਲਾਂ ਪਿੰਡੋਂ ਪੀਜੇ ਨੂੰ ਇੱਕ ਸਾਧਨ ਸੀ, ਹੁਣ ਚਾਰ ਹੋ ਗਏ, ਬਾਲੇ ਸੌਖੇ ਹੋ ਗਏ ਜੀ। ਅਸੀਂ ਮੂਰਖਾ, ਤੈਂ ਗੁਰਦਿਆਂ ਦਾ ਆਪਰੇਸ਼ਨ ਕਰਾਉਣਾ, ਚੱਜ ਦੀ ਗੱਲ ਕਰ। ਭੁੱਖ ਲੱਗੀ ਜੀ ਤੁਹਾਨੂੰ? ਹਾਂਜੀ, ਬਹੁਤ ਕੁਝ ਆਰਡਰ ਕਰੀਏ। ਹਾਂਜੀ ਬਿਲਕੁਲ। ਵੇਟਰ, ਇੱਦਾਂ ਕਰੋ, ਵੈਜ ਫਰਾਈਡ ਰਾਈਸ, ਰਾਜਮਾ ਰਾਈਸ, ਛੋਲੇ ਰਾਈਸ, ਦਾਲ ਰਾਈਸ, ਪਨੀਰ ਰਾਈਸ, ਮਸ਼ਰੂਮ ਰਾਈਸ, ਚਿਕਨ ਰਾਈਸ, ਇਡਲੀ ਸਾਂਬਰ, ਵੜਾ ਸਾਂਬਰ, ਦਹੀਂ ਵੜਾ, ਦਾਲ ਵੜਾ, ਫਰਾਈਡ ਪਲੇਨ ਡੋਸਾ ਵੀ।
ਕਰ ਦਿਓ ਬਰੀਡੋ ਸਭੀ ਨਾਲ ਚੀਜ਼ ਕੌਨ ਅਤੇ ਸ਼ੇਕਸ 'ਚ ਮੈਂਗੋ ਬਨਾਨਾ ਓਰੀਓ ਸ਼ੇਕ ਕਰ ਦਿਓ ਹੋਟ ਕਾਫੀ ਲੈ ਆਇਓ ਉਸ ਤੋਂ ਬਾਅਦ ਚੋਕਲੇਟ ਸ਼ੇਕ ਵੀ ਲਿਆ ਠੀਕ ਹੈ ਉਹ ਵੀ ਲੈ ਆਇਓ ਜੀ ਮੇਰਾ ਤਾਂ ਹੋ ਗਿਆ ਤੁਸੀਂ ਕਰ ਲਓ ਤੁਹਾਡਾ ਵੀ ਮੈਂ ਹੀ ਕਰ ਦਿੰਦੀ ਹਾਂ ਤੁਸੀਂ ਇੱਦਾਂ ਕਰੋ ਵਿੱਚ ਜੋ ਤੁਸੀਂ ਨਾ ਬਚ ਗਿਆ ਮੇਰੇ ਤੋਂ ਇਲਾਵਾ ਉਹ ਸਭ ਲਿਆਓ ਠੀਕ ਹੈ ਹਾਂ ਜਿਹੜੇ ਹਿਸਾਬ ਨਾਲ ਆਰਡਰ ਕਰੀ ਜਾਂਦੀ ਹੈ ਨਾ ਮੈਨੂੰ ਤਾਂ ਟੇਬਲ ਰਸੋਈ 'ਚ ਲਵਾਉਣਾ ਪਵੇਗਾ ਓਏ ਹੁਣ ਖਵਾਈ ਜਾਏਗਾ ਹੋਰ ਕੀ ਕਰਾਂ ਗੱਲ ਲੱਗੇ ਤੋਰ ਕਿਵੇਂ ਚਪੇੜਾ ਮਾਰੂਗੀ ਅਗਲੀ ਓ ਜਿੰਨਾ ਸੋਹਣਾ ਉਹਦਾ ਹੱਥ ਆ ਨਾ ਦੋ ਚਪੇੜਾ ਪੈ ਵੀ ਗਈਆਂ ਤਾਂ ਵੀ ਕੁਛ ਨਹੀਂ ਕਰਦਾ ਖਾਣਾ ਬਹੁਤ ਸਵਾਸੀ ਨਾਈਸ ਟੂ ਮੀਟ ਯੂ ਬਾਏ ਮੇਰਾ ਫੋਨ ਲੈ ਗਿਆ ਸੀ ਲੱਗਾ ਸਰ ਖਾਣਾ ਮੈਂ ਤਾਂ ਖਾਧਾ ਹੀ ਨਹੀਂ ਜੀ ਬਿੱਲ ਸਰ ਪੈਸੇ ਤਾਂ ਹੈ ਨਹੀਂ ਹੁਣ ਤੁਸੀਂ ਕੀ ਕਰੋਗੇ ਕਮੇਡੀ ਕਰਦੇ ਹੋ ਸਰ ਨੋਟੀ ਸਰ ਨਹੀਂ ਨਹੀਂ ਕਮੇਡੀ ਨਹੀਂ ਹੈਗੀ ਸੱਚੀ ਨਹੀਂ ਹੈਗੇ ਮੇਰੇ ਪੈਸੇ ਫਿਰ ਕਮੇਡੀ ਤਾਂ ਸਰ ਅਸੀਂ ਕਰਾਂਗੇ ਨਾ ਸਾਡੇ ਕੋਲ ਫਿਰ ਬਹੁਤ ਕੁਛ ਹੈ ਸਰ ਕਰਾਉਣ ਲਈ ਇੱਕ ਮਿੰਟ ਓ ਯਾਰ ਇੱਕ ਮਿੰਟ ਓ ਯਾਰ ਇੱਕ ਮਿੰਟ ਓ ਯਾਰ ਓ ਨਾ ਯਾਰ ਆ ਜਾ ਯਾਰ ਅਕਸਰ ਨਾ ਹਰ ਰਿਸ਼ਤਾ ਇਮਤਿਹਾਨ ਮੰਗਦਾ ਪਰ ਇੱਕ ਰਿਸ਼ਤਾ ਹੈ ਜਿੱਥੇ ਇਮਤਿਹਾਨ ਦੀ ਤਿਆਰੀ ਵੀ ਇਕੱਠੇ ਕਰਦੇ ਨੇ ਤੇ ਇਮਤਿਹਾਨ ਦਿੰਦੇ ਵੀ ਇਕੱਠੇ ਨੇ ਔਰ ਰਿਸ਼ਤਾ ਹੈ ਯਾਰੀ ਦਾ ਰਿਸ਼ਤਾ ਤੇ ਯਾਰੀ 'ਚ ਬੰਦਾ ਇਮਤਿਹਾਨ ਦੀ ਤਿਆਰੀ ਕਿਵੇਂ ਕਰਦਾ ਉਹ ਤੁਸੀਂ ਇਸ ਪਰਫਾਰਮੈਂਸ ਰਾਹੀਂ ਵੇਖੋ ਓ ਮਾਈ ਗੋਡਿਸ਼ ਕੀ ਚੱਲਦਾ ਨਾਚ ਮਤਲਬ ਫੁੱਲ ਤਿਆਰੀ ਓਏ ਇਹਨਾਂ ਦੀ ਤਾਂ ਫੁੱਲ ਤਿਆਰੀ ਹੋ ਗਿਆ ਕੁੜੀ ਦੀ ਤਾਂ ਹੈ ਇਹ ਤਾਂ ਜੇ ਨਾ ਵੀ ਪੜਨ ਤਾਂ ਵੀ ਪਾਸ ਹੋ ਜਾਂਦੀਆਂ ਨੇ ਮਾਰੇ ਗਏ ਆਪਾਂ ਉਸਤਾਦ ਮੇਰੇ ਹੱਥ ਐਸਾ ਯੰਤਰ ਲੱਗਿਆ ਜਿਹਦੇ ਨਾਲ 90% ਪੱਕੇ ਨੇ ਨਾ ਮੈਂ ਤਾਂ ਇਹਦੇ ਡੇ ਟਰਸਟ ਤੋਂ ਫਰਸਟ ਨਹੀਂ ਕਰਦਾ ਉਹ ਇਹ ਕਹਿੰਦਾ ਮੈਂ ਇਹਦੇ ਤੇ ਡੇ ਫਸਟ ਤੋਂ ਟਰਸਟ ਨਹੀਂ ਕਰਦਾ ਪਰ ਕਿਉਂ ਉਹ ਇਹੋ ਜਿਹਾ ਕੋਈ ਯੰਤਰ ਬਣਿਆ ਜਿਹੜੇ ਆਪਣੇ ਵਰਗੇ ਫੁਲਿਸ਼ ਜਵਾਕਾਂ ਨੂੰ ਪਾਸ ਕਰਦੇ ਜੇ ਮੈਂ ਤੁਹਾਨੂੰ ਦਿਖਾ ਦਾਂ ਫਿਰ ਮੰਨੋਗੇ ਯੈਸ ਚਲੋ ਠੀਕ ਹੈ ਸਿੱਟੋ ਕੋ ਫਿਰ ਤੱਕ ਲੈ ਤੇ ਬਾਬਿਆਂ ਤੇ ਆਓ ਇੱਥੇ 3900 ਬਾਬਾ ਤੁਰਿਆ ਫਿਰਦਾ ਕਿਹਨੂੰ ਕਿਹਨੂੰ ਕਹੀਏ ਚੱਲ ਮੈਂ ਤੇਰੇ ਨਾਲ ਤਿਆ ਲੈਣਾ ਤੇ ਆਓ ਜੈ ਬਾਬਾ ਪਟਾਰਾ ਜੀ ਧਿਆਨ ਨਾਲ ਓਏ ਕਦੇ ਕੋਈ ਜੰਤਰਾਂ ਮੰਤਰਾਂ ਨਾਲ ਵੀ ਪਾਸ ਹੋਇਆ ਉਸਤਾਦ ਇਹ ਕੋਈ ਐਸਾ ਵੈਸਾ ਪੈਨ ਨਹੀਂ ਹੈਗਾ ਬਾਬਾ ਪਟਾਰਾ ਮੈਨੂੰ ਹਰ ਵਾਰੀ ਪੇਪਰਾਂ 'ਚ ਮੰਤਰ ਮਾਰ ਕੇ ਪੈਨ ਦਿੰਦਾ ਐਤਕੀ ਵੀ ਸਪੈਸ਼ਲ ਪੈਨ ਦਿੱਤਾ ਪਾਲੀ ਓਏ ਇਹ ਤਾਂ ਸਿੱਟ ਸੌਕਸ ਕਰੀ ਜਾਂਦਾ ਆਪਾਂ ਪੜੀਏ ਪੜੋ ਉਸਤਾਦ ਜੀ ਤੁਸੀਂ ਇਹਦੇ ਕੋਲ ਹੈਗਾ ਬਾਬਾ ਤੇ ਮੇਰੇ ਕੋਲ ਹੈਗਾ ਦਿਮਾਗ ਉਹ ਤਾਂ ਸਭ ਨੂੰ ਪਤਾ ਵੀ ਤੇਰੇ ਗਿੱਟਿਆਂ 'ਚ ਹੈ ਓਏ ਦੇਖੋ ਓ ਮਾਈ ਗੋਡ ਫੁੱਲ ਬੁੱਕ ਚੇਪੀ ਪਾਲੀ ਹੋਏ ਤਾਂ ਵੀ ਲਾਲਾ ਜਗਾੜ ਹੈ ਯੈਸ ਪਰ ਮੈਨੂੰ ਪਤਾ ਹੈ ਚੱਲਦਾ ਨਹੀਂ ਕਿਉਂਕਿ ਮੇਰਾ ਐਕਸਪੈਂਸਿਸ ਹੈ ਐਕਸਪੈਂਸਿਸ ਐਕਸਪੀਰੀਅੰਸ ਕਹਿੰਦਾ ਕਿ ਉਹ ਪਰਚੀਆਂ ਮੈਂ ਵੀ ਲਾ ਸਕਦਾ ਪਰ ਮੇਰੀ ਨਿਗਾਹ ਨਹੀਂ ਹੈਗੀ ਹਾਂ ਲੱਕ 'ਚ ਪਾਇਆ ਸਰੀਆ ਮੁੜਦੀ ਨਹੀਂ ਉਸਤਾਦ ਤੂੰ ਕੀ ਕਰੇਂਗਾ ਉਸਤਾਦ ਇਹ ਨਿਗਾਹ ਨਹੀਂ ਹੈ ਯੈਸ ਪਰ ਕਦੇ ਕਾਲਜ ਲਾ ਕੇ ਤਾਂ ਗਿਆ ਨਹੀਂ ਉਹ ਰੀਪ੍ਰੋਡਕਸ਼ਨ ਘਟ ਜਾਂਦੀ ਹੈ ਰੈਪੂਟੇਸ਼ਨ ਕਹਿੰਦਾ ਹੈ ਉਸਤਾਦ ਵੈਸੇ ਨੰਬਰ 9:30 ਹੈ ਨਾ ਨੌ ਨੰਬਰ ਬੂਟਦਾ ਹੈ ਪੜਾ ਵਾ ਪੜ ਲਓ ਜੀਤ ਕੰਟਰਨੇਸ਼ਨ ਗੁਰਜੀਤ ਕੌਣ ਹੈ ਆਈ ਐਮ ਕਿੰਨਾ ਪੁਰਾਣਾ ਨਾਂ ਰੱਖੀ ਬੈਠਾ ਯਾਰ ਬਾਈ ਇੱਕ ਰਾਜ ਦੇ ਹੋਏ ਸ਼ਟ ਅਪ ਕੋਈ ਨਵਾਂ ਜਿਹਾ ਨਾਂ ਰੱਖਣਾ ਯਾਰ ਮੇਰਾ ਨਵਾਂ ਨਾਂ ਹੈ ਕ੍ਰੂਜ਼ ਓ ਗੁਰੂ ਕਨਸੈਂਟ੍ਰੇਸ਼ਨ ਹੁੰਦਾ ਓਏ ਉਹੀ ਕਰ ਲੋ ਪੜ ਲੋ ਸਟੱਡੀ ਕਰ ਲੋ ਓਏ ਤੁਸੀਂ ਤਾਂ ਪੜ ਕੇ ਇੱਥੋਂ ਚਲੇ ਜਾਣਾ ਮੈਂ ਤਾਂ ਇੱਥੇ ਰਹਿਣਾ ਮੈਨੂੰ ਤਾਂ ਪੜ ਲੈਣ ਦੋ ਯਾਰ ਨਵੀ ਵੇਅਰ ਇਜ਼ ਆਪਣਾ ਗੁਰੂ ਓਏ ਹਾਂ ਕਿੱਥੇ ਰਹਿ ਗਿਆ ਆਈ ਐਮ ਹੇਅਰ ਹੇਅਰ ਨਹੀਂ ਹੇਅਰ ਹੁੰਦਾ ਵੇ ਯੂ ਆਰ ਸਾਰੇ ਸਟੈਂਡਿੰਗ ਤੈਨੂੰ ਟੀਚਰ ਸਮਝਦੇ ਨੇ ਓ ਆਈ ਐਮ ਨਾਟ ਟੀਚਰ ਆਈ ਐਮ ਸਟੂਡੈਂਟ ਪਲੀਜ਼ ਸੈਟ ਡਾਊਨ ਸੈਟ ਡਾਊਨ ਸੈਟ ਡਾਊਨ ਸਿਟ ਡਾਊਨ ਹੁੰਦਾ ਉਸਤਾਦ ਜੀ ਆਯੁਸ਼ਮਾਨ ਭਵ ਪੈਰੀ ਪੈਣਾ ਗੁਰੂ ਜੀ ਚਲ ਗੁੱਡ ਮਾਰਨਿੰਗ ਸਰ ਆਏ ਕਰ ਇੱਥੇ ਮੇਰੀ ਮਟੀ ਬਣਾ ਦਿਓ ਐ ਨਾਲੇ ਦੁੱਧ ਚਾੜਿਓ ਪੈਸੇ ਚਾੜਿਓ ਨਾਲੇ ਲੱਸੀ ਚਾੜਿਓ ਸੌਰੀ ਸੌਰੀ ਥੈਂਕ ਯੂ ਸਰ
क्वेश्चन का आंसर की है दसो छेती पाली ओए तेरा पेन नहीं चलता वो कदे बाबे ने दिता चीजा भी कदे चलिया ने की स्क्रैच मैं तो बाबे दे पेन ते पूरा भरोसा सी ओवर कॉन्फिडेंस मैं तो और पेन नहीं लेके आया जो सारिया चीजा कट्ठिया कर लो तो की बनता है कलेक्शन या कलेक्शन वो 5 मिनट रह गए पेपर शुरू होने नु चुप कर जो 5 मिनट है कि नहीं लो भी जिन्निया सवारियां बैठियां ने 5 मिनट दा टाइम है मेरे कोले पेन है नीला हरा पीला पेन दी कीमत है 2 रुपए बाजार दे विच तुहानू ए 10 रुपए दा पेन मिलेगा पेन नहीं खत्म होएगा पेन दी शाही नहीं खत्म होएगी लिखते लिखते लाभ हो जाएगा बस थोड़ी है इधर इधर हां पेन तो चल पे पर मैं लिखा कि आंदा तो कुछ नहीं तेरा बाबा हो गया फिनिश जुगाड़ हो जू चालू ਉਸਤਾਦ ਹੁਣ ਦੱਸ ਕਰੀਏ ਕੀ ਤੂੰ ਹੀ ਕੁਝ ਕਰ ਸਕਦਾ ਮੈਂ ਤਾਂ ਬਸ ਇੱਕੋ ਚੀਜ਼ ਕਰ ਸਕਦਾ ਕੀ ਜਿੰਗਲ ਵਾਲਾ ਉਸਤਾਦ ਪੇਪਰਾਂ ਦੀ ਗੱਲ ਕਰਦਾ ਯਾਰ ਮੈਂ ਪੇਪਰਾਂ ਤਕਰਾ ਦੂੰਗਾ ਪਰ ਗੁਰੂ ਦਕਸ਼ਨਾ ਲਗੂਗੀ ਕੀ ਚਾਹੀਦਾ ਦੱਸ ਸਰਿਆਣਾ ਜਿਸ ਤਰ੍ਹਾਂ ਦੱਸ ਕੀ ਕਰਨਾ ਤੇ ਓ ਹਲੀ ਹੁਣ ਠੀਕ ਹੈ ਆ ਪ੍ਰੋਫੈਸਰ Yes, student. You. 1, 2, yes. 3, chippo. Oh, Ustad, sidha hoke baitho. Na, professor saab, inhe nu sidha honu na kaho ji. Kyon? Inhe mittha bahut khande na. Phir, oh, inhe te phoda ho gaya ta. Phir si hoyi hai ji, choti ji. Phoda hoya yaar. Bas karo. ਸਾਲੇ ਹੋ ਗਿਆ ਪੇਪਰ ਓ ਛਿਪੜ ਗਿਆ ਉਈ ਉਹ ਸਲੀ ਥੋੜਾ ਇਹਦੇ ਹੋਇਆ ਤੇਰੇ ਦੁਨੀਆ ਥੋੜਾ ਮੇਰੇ ਹੋਇਆ ਮੈਨੂੰ ਜਾਣ ਨੂੰ ਟਾਈਮ ਲੱਗਾ ਓਏ ਗੁਰੂਜ ਥੋੜਾ ਇੱਧਰ ਸੀ इस बार मैं कॉलेज छोड़ देना क्यों रीजन मेरा एजुकेशन डिपार्टमेंट तो विश्वास उठ गया है एजुकेशन सिस्टम उस्ताद ओए जिन्हें मैं चैटिंग कराई चीटिंग उस्ताद पेपर की तो नकल की तो मारी है नकल की तो मारी है तुझे पार्टी देनी है जब मैं कॉलेज छड़ा सत सागर परे वसदा यार कोहे नूर हुंदा है जिथे गाढ़ा हनेरा है ਉਹ ਉਸ ਥਾਂ ਨੂਰ ਹੁੰਦਾ ਏ ਲੱਖਾਂ ਨਾਲ ਤਰਦਿਆਂ ਹੋਇਆ ਬੇੜਾ ਜਾਪਦਾ ਅਲੀ ਦੂਰੋਂ ਹੀ ਦਰਸ ਯਾਰਾਂ ਦਾ ਬੇੜੀ ਦਾ ਪੂਰ ਹੁੰਦਾ ਏ
अपनिया फेवरेट पंजाबी फिल्मां अते शोज़ देखने लई सब्सक्राइब करो पिटारा दा ऑफिशियल यूट्यूब चैनल ते प्रेस करो बेल आइकन कोई भी लेटेस्ट अपडेट मिस ना करन लई।